ਸਭ ਮੁਸੀਬਤਾਂ ਜਾਂ ਆਫਤਾਂ ਦਾ ਕਰਤਾ ਕੌਣ ਹੈ? ਦੁਨੀਆ ਵਿੱਚ ਬਹੁਤ ਵੱਡੀਆਂ ਵੱਡੀਆਂ ਮੁਸੀਬਤਾਂ ਆਉਂਦੀਆਂ ਨੇ। ਲੜਾਈਆਂ ਕੌਮਾਂ ਨੂੰ ਤੇ ਦੇਸ਼ਾਂ ਨੂੰ ਬਰਬਾਦ ਕਰ ਦਿੰਦੀਆਂ ਨੇ। ਬਿਮਾਰੀਆਂ ਹਜ਼ਾਰਾਂ ਜਾਨਾਂ ਲੈ ਲੈਂਦੀਆਂ ਨੇ। ਸਮੁੰਦਰਾਂ ਦੇ ਤੂਫਾਨ ਹਨੇਰ ਮਚਾ ਦਿੰਦੇ ਨੇ। ਕੀ ਇਹ ਸਭ ਕੁਝ ਕਿਸੇ ਸ਼ਕਤੀ ਦੇ ਕੰਟਰੋਲ ਵਿੱਚ ਨਹੀਂ? ਇੱਕ ਪਾਸੇ ਤਾਂ ਵਾਹਿਗੁਰੂ ਦਾ ਸਦੀਵੀ ਇੰਤਜ਼ਾਮ ਅਤੇ ਕੰਟਰੋਲ ਵੇਖਦੇ ਹਾਂ। ਸੂਰਜ ਵੇਲੇ ਸਿਰ ਚੜ੍ਹਦਾ, ਚੰਦਰਮਾ ਠੀਕ ਤਰੀਕ ਦੇ ਹਿਸਾਬ ਨਾਲ ਵਧਦਾ ਜਾਂ ਘਟਦਾ, ਬਾਰਿਸ਼ਾਂ ਤੇ ਅੰਨ ਦੀ ਉਤਪਤੀ ਇੱਕ ਨੀਅਤ ਕਾਨੂੰਨ ਮੁਤਾਬਕ ਹੋ ਰਹੀ ਹੈ। ਇਹ ਸਭ ਗੱਲਾਂ ਮਨੁੱਖ ਲਈ ਬੜੀਆਂ ਸੁਖਦਾਈ ਨੇ। ਤਾਂ ਫਿਰ ਇਨਸਾਨ ਦੀ ਤਬਾਹੀ ਦੇ ਕੰਮ ਵੀ ਵਾਹਿਗੁਰੂ ਹੀ ਕਰ ਰਿਹਾ ਜਾਂ ਇਸ ਦਾ ਕਰਤਾ ਕੋਈ ਹੋਰ ਹੈ? ਇਹ ਸਵਾਲ ਬੜੇ ਗੌਰ ਨਾਲ ਸਮਝਣ ਵਾਲਾ ਹੈ। ਆਮ ਤੌਰ ਤੇ ਦੁਨੀਆ ਦੀ ਰਾਏ ਇਹਾ ਹੀ ਹੈ, ਭਾਵੇਂ ਗੱਲ ਪੂਰੀ ਸਮਝ ਨਹੀਂ ਆਉਂਦੀ, ਪਰ ਇਹਨਾਂ ਸਭ ਮੁਸੀਬਤਾਂ ਦਾ ਕਰਤਾ ਵਾਹਿਗੁਰੂ ਤੋਂ ਇਲਾਵਾ ਹੋਰ ਕੋਈ ਨਹੀਂ ਹੋ ਸਕਦਾ, ਕਿਉਂਕਿ ਇੰਨੀ ਵੱਡੀ ਸ਼ਕਤੀ ਦਾ ਮਾਲਕ ਵੀ ਤੇ ਉਹੀ ਹੈ ਨਾ। ਅਸੀਂ ਇਸ ਸਵਾਲ ਤੇ ਇਨਸਾਨੀ ਅਕਲ ਨਾਲ ਅੱਜ ਤੱਕ ਕਿਸੇ ਫੈਸਲੇ ਤੇ ਨਹੀਂ ਪਹੁੰਚ ਸਕੇ, ਤੇ ਨਾ ਹੀ ਇਹਨਾਂ ਮੁਸੀਬਤਾਂ ਨੂੰ ਵਸ ਵਿੱਚ ਕਰਨ ਦੀ ਕੋਈ ਤਜਵੀਜ਼ ਮਨੁੱਖ ਦੀ ਕਾਮਯਾਬ ਹੋਈ ਹੈ। ਆਓ ਹਾਂ ਭਲਾ ਵੇਖੀਏ ਕਿ ਗੁਰਬਾਣੀ ਵੀ ਸਾਡੀ ਇਸ ਮਾਮਲੇ ਵਿੱਚ ਕੋਈ ਸਹਾਇਤਾ ਕਰਦੀ ਹੈ ਕਿ ਨਹੀਂ। ਆਤਮ ਸਾਇੰਸ ਦੀ ਖੋਜ ਕਰਨ ਵਾਲੇ ਗੁਰਮੁਖ ਜਾਂ ਸੰਤ ਮਹਾਤਮਾ ਹੀ ਹੁੰਦੇ ਨੇ, ਅਤੇ ਅਸਲੀ ਜਾਂ ਪੂਰਨ ਸੰਤ ਹੀ ਜਿਨ੍ਹਾਂ ਦੀ ਸੁਰਤੀ ਵਾਹਿਗੁਰੂ ਨੂੰ ਅਸਲ ਰੰਗ ਵਿੱਚ ਵੇਖ ਚੁੱਕੀ ਹੈ, ਉਹ ਹੀ ਐਸੇ ਗੁੰਝਲਦਾਰ ਮਾਮਲਿਆਂ ਦੀ ਕੁਝ ਠੀਕ ਸਮਝ ਸਾਨੂੰ ਦੇ ਸਕਦੇ ਨੇ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਹੋਰ ਕਿਹੜੀ ਕੋਈ ਕਿਤਾਬ ਹੋ ਸਕਦੀ ਹੈ ਜਿਹੜੀ ਸਾਡੀ ਮੁਸ਼ਕਲ ਨੂੰ ਹੱਲ ਕਰੇ? ਤਾਂ ਆਓ ਫਿਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰਦੇ ਹਾਂ। ਪਾਠ ਕਰਨ ਨਾਲ ਇਹ ਪਤਾ ਲੱਗ ਸਕਦਾ ਕਿ ਵਾਹਿਗੁਰੂ ਦੀ ਸਰਵ ਵਿਆਪਕ ਤੇ ਸਰਵ ਸ਼ਕਤੀਮਾਨ ਸ਼ਕਤੀ ਸਦਾ ਸੁਖ ਦੇਣ ਵਾਲੀ ਹੈ। ਉਸ ਵਿੱਚ ਦੁੱਖ ਤੇ ਕਿਧਰੇ ਨਾਮ ਮਾਤਰ ਵੀ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰ ਬਾਰ ਪੜ੍ਹਨ ਨਾਲ ਇਸੇ ਨਤੀਜੇ ਤੇ ਪਹੁੰਚਾਂਗੇ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸ਼ਰਣਾਈ, ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਭਾਈ। ਭਾਵ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆਇਆ ਤਾਤੀ ਵਾਹ ਨਹੀਂ ਲੱਗਦੀ। ਵੱਡੇ ਦੁੱਖ ਤੇ ਕਿੱਥੇ ਬੰਦੇ ਨੂੰ ਦੁਖੀ ਕਰ ਸਕਦੇ ਨੇ? ਫਿਰ ਅੱਗੇ ਇਹ ਵੀ ਸਾਫ ਲਿਖਿਆ ਕਿ ਹੋਰ ਕੋਈ ਦੁੱਖ ਵੀ ਨਹੀਂ ਲੱਗ ਸਕਦਾ। ਵੇਖੋ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਹੋਰ ਸ਼ਬਦ ਵਿੱਚ ਬੜਾ ਸਾਫ ਸਾਫ ਵਰਣਨ ਕਰਦੇ ਨੇ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹੋਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੈ ਕੌੜਾ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੈ, ਪਤਿਤ ਪਾਵਨ ਹਰ ਬਿਰਧ ਸਦਾਏ ਇੱਕ ਤਿਲ ਨਹੀਂ ਪੰਨੇ ਕਾਲੇ। ਭਾਵ ਵਾਹਿਗੁਰੂ ਤਾਂ ਹਮੇਸ਼ਾ ਮਿੱਠ ਬੋਲੜਾ, ਕੌੜਾ ਬੋਲਣਾ ਤੇ ਉਹ ਜਾਣਦਾ ਹੀ ਨਹੀਂ, ਅਤੇ ਸਾਡੇ ਅਵਗੁਣਾਂ ਨੂੰ ਉਹ ਕਦੇ ਯਾਦ ਨਹੀਂ ਰੱਖਦਾ। ਵਾਹਿਗੁਰੂ ਪਿਤਾ ਤੇ ਮਾਤਾ ਵਾਂਗ ਸਦਾ ਜੀਵਨ ਦੀ ਸੰਭਾਲ ਕਰਦਾ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਸ ਸ਼ਬਦ ਵਿੱਚ ਇਸ ਤਰ੍ਹਾਂ ਸਮਝ ਆਉਂਦੀ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਾਉ ਕਿਹਾ ਘਾੜਾ ਜੀਓ। ਭਾਵ ਵਾਹਿਗੁਰੂ
ਪਿਤਾ ਤੇ ਮਾਂ ਵਾਂਗ ਸਿਰਫ ਤੇ ਸਿਰਫ ਪ੍ਰੇਮ ਦਾ ਹੀ ਰੂਪ ਹੈ ਅਤੇ ਹਰ ਮੌਕੇ ਤੇ ਆਪਣੇ ਸੇਵਕ ਬੱਚਿਆਂ ਦੀ ਸਦਾ ਰੱਖਿਆ ਕਰਦਾ ਹੈ। ਜਿੰਨਾ ਵੱਧ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਜਾਵਾਂਗੇ, ਵਾਹਿਗੁਰੂ ਦਾ ਇਹੋ ਹੀ ਸਰੂਪ ਸਾਨੂੰ ਨਜ਼ਰ ਆਵੇਗਾ ਕਿ ਵਾਹਿਗੁਰੂ ਕੇਵਲ ਤੇ ਕੇਵਲ ਪ੍ਰੇਮ ਦਾ ਰੂਪ ਹੈ ਅਤੇ ਸੁੱਖਾਂ ਦਾ ਸਰੂਪ ਹੈ। ਦੁੱਖ ਦੇਣਾ ਉਸਦੇ ਸੁਭਾਅ ਵਿੱਚ ਨਹੀਂ ਤੇ ਨਾ ਹੀ ਉਸਨੇ ਰਚਿਆ, ਸਗੋਂ ਉਹ ਤੇ ਦੁੱਖਾਂ ਦਾ ਨਾਸ ਕਰਦਾ। ਵਾਹਿਗੁਰੂ ਦਾ ਨਾਮ ਸਿਮਰਨ ਕਰਨ ਨਾਲ ਦੁੱਖ ਤੇ ਰੋਗ ਹਟ ਜਾਂਦੇ ਨੇ। ਗੁਰੂ ਜੀ ਇਸ ਤਰ੍ਹਾਂ ਸਮਝਾਉਂਦੇ ਨੇ, ਦੁੱਖ ਰੋਗ ਗਏ ਗਤ ਤਨ ਤੇ, ਮਨ ਨਿਰਮਲ ਹਰ ਹਰ ਗੁਣ ਗਾਏ, ਭਏ ਆਨੰਦ ਮਿਲ ਸਾਧੂ ਸੰਗ, ਅਬ ਮੇਰਾ ਮਨ ਕਤ ਹੀ ਨਾ ਜਾਏ। ਇਸ ਵਕਤ ਅਸਾਂ ਵੇਖਣਾ ਇਹ ਹੈ ਕਿ ਦੁਨੀਆਂ ਵਿੱਚ ਸਭ ਮੁਸੀਬਤਾਂ ਦਾ ਕਰਤਾ ਕੌਣ ਹੈ ਤੇ ਇਹਨਾਂ ਮੁਸੀਬਤਾਂ ਤੋਂ ਬਚਣ ਦਾ ਢੰਗ ਕੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਨਾਲ ਪਹਿਲਾਂ ਇਹ ਗੱਲ ਸਪਸ਼ਟ ਹੋ ਗਈ ਕਿ ਮੁਸੀਬਤਾਂ ਦਾ ਕਰਤਾ ਵਾਹਿਗੁਰੂ ਨਹੀਂ। ਸਾਡਾ ਪੁਰਾਣਾ ਇਹ ਖਿਆਲ ਜੋ ਆਮ ਤੌਰ ਤੇ ਸਾਰੀ ਦੁਨੀਆ ਇਸੇ ਤਰ੍ਹਾਂ ਹੀ ਮੰਨਦੀ ਹੈ ਕਿ ਵਾਹਿਗੁਰੂ ਦੀ ਸ਼ਕਤੀ ਹੀ ਸਭ ਮੁਸੀਬਤਾਂ ਦਾ ਕਾਰਨ ਹੈ, ਇਹ ਗਲਤ ਸਾਬਤ ਹੋਣ ਨਾਲ ਵੀ ਸਾਡਾ ਹੱਲਾਂ ਪੂਰਾ ਮਤਲਬ ਹੱਲ ਨਹੀਂ ਹੋਇਆ। ਭਾਵੇਂ ਕਿ ਜੇ ਵਾਹਿਗੁਰੂ ਇਹਨਾਂ ਮੁਸੀਬਤਾਂ ਨੂੰ ਜਨਮ ਦੇਣ ਵਾਲਾ ਨਹੀਂ ਤਾਂ ਫਿਰ ਹੋਰ ਕਿਹੜੀ ਸ਼ਕਤੀ ਹੈ। ਆਤਮ ਸਾਇੰਸ ਦਾ ਇਹ ਫੈਸਲਾ ਹੈ ਕਿਉਂਕਿ ਵਾਹਿਗੁਰੂ ਸੁੱਖਾਂ ਦਾ ਸਰੂਪ ਹੈ ਤੇ ਦੁੱਖਾਂ ਦਾ ਨਾਸ ਕਰਦਾ, ਤਾਂ ਇਸ ਤੋਂ ਸਿਵਾ ਹੋਰ ਕੋਈ ਨਤੀਜਾ ਨਹੀਂ ਨਿਕਲ ਸਕਦਾ ਕਿ ਸਭ ਮੁਸੀਬਤਾਂ ਵਾਹਿਗੁਰੂ ਦੀ ਗੈਰ ਹਾਜ਼ਰੀ ਤੋਂ ਪੈਦਾ ਹੁੰਦੀਆਂ ਨੇ। ਗੁਰੂ ਜੀ ਨੇ ਆਪ ਲਿਖਿਆ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਵਾਹਿਗੁਰੂ ਸਰਵ ਵਿਆਪਕ ਹੈ ਤੇ ਹਰ ਥਾਂ ਤੇ ਮੌਜੂਦ ਹੈ, ਪਰ ਅਸਾਂ ਆਪਣੀ ਸੁਰਤੀ ਵਿੱਚੋਂ ਵਾਹਿਗੁਰੂ ਨੂੰ ਬਿਲਕੁਲ ਭੁਲਾ ਦਿੱਤਾ। ਵਾਹਿਗੁਰੂ ਦੀ ਗੈਰ ਹਾਜ਼ਰੀ ਦਾ ਨਾਮ ਮਾਇਆ, ਅਸੀਂ ਮਾਇਆ ਵਿੱਚ ਬੈਠੇ ਹੋਏ ਹਾਂ ਤੇ ਇਸੇ ਕਰਕੇ ਅਸੀਂ ਸਭ ਬਿਮਾਰੀਆਂ, ਮੁਸੀਬਤਾਂ, ਥੋੜਾਂ ਲੜਾਈਆਂ, ਝਗੜਿਆਂ ਤੇ ਦੁੱਖਾਂ ਦਾ ਸ਼ਿਕਾਰ ਬਣੇ ਹੋਏ ਹਾਂ। ਇਹਨਾਂ ਸਭ ਮੁਸੀਬਤਾਂ ਦੇ ਜ਼ਿੰਮੇਵਾਰ ਅਸੀਂ ਜਾਂ ਸਾਡੇ ਪਾਪ ਤੇ ਸਾਡੀ ਅਗਿਆਨਤਾ ਹੈ। ਵਾਹਿਗੁਰੂ ਦਾ ਨੂਰ ਛੱਡ ਕੇ ਮਾਇਆ ਦਾ ਹਨੇਰਾ ਮੱਲਿਆ ਹੋਇਆ ਤੇ ਇਸੇ ਹਨੇਰੇ ਵਿੱਚ ਠੋਕਰਾਂ ਪੈ ਖਾਂਦੇ ਹਾਂ। ਇਹ ਖਿਆਲ ਕਿ ਵਾਹਿਗੁਰੂ ਜੀ ਮੁਸੀਬਤਾਂ ਦਾ ਕਰਤਾ ਨਹੀਂ, ਅਸੀਂ ਇੱਕ ਮਿਸਾਲ ਦੁਆਰਾ ਸਮਝਣ ਦਾ ਯਤਨ ਕਰਨੇ। ਮੰਨ ਲਓ ਕਿਸੇ ਵੱਡੇ ਸ਼ਹਿਰ ਵਿੱਚ ਇੱਕ ਬਿਜਲੀ ਘਰ ਪਾਵਰ ਹਾਊਸ ਹੈ ਜਿਸ ਨੂੰ ਚਲਾਉਣ ਲਈ ਕਈ ਮਨੁੱਖ ਕੰਮ ਕਰ ਰਹੇ ਨੇ। ਕਈ ਚੀਫ ਇੰਜੀਨੀਅਰ, ਕਈ ਛੋਟੇ ਇੰਜੀਨੀਅਰ ਨੇ, ਕਈ ਮਿਸਤਰੀ ਅਤੇ ਕਈ ਹੋਰ ਤਰ੍ਹਾਂ ਦੇ ਅਨੇਕਾਂ ਕੰਮ ਕਰਨ ਵਾਲੇ ਸਿਆਣੇ ਸੂਝਵਾਨ ਬੰਦੇ ਨੇ। ਇਹਨਾਂ ਸਭ ਬੰਦਿਆਂ ਦੇ ਇੰਤਜ਼ਾਮ ਕਰਨ ਨਾਲ ਬਿਜਲੀ ਚੱਲ ਰਹੀ ਹੈ ਤੇ ਬਿਜਲੀ ਦੇ ਚੱਲਣ ਨਾਲ ਸਾਰੇ ਸ਼ਹਿਰ ਵਿੱਚ ਰੌਸ਼ਨੀ ਹੋ ਰਹੀ ਹੈ, ਪੱਖੇ ਚੱਲ ਰਹੇ ਨੇ, ਖਾਣਾ ਪੱਕ ਰਿਹਾ, ਪਾਣੀ ਦਾ ਬੰਦੋਬਸਤ ਹੋ ਰਿਹਾ, ਕਾਰਖਾਨੇ ਚੱਲ ਰਹੇ ਨੇ। ਇਹ ਸਾਰਾ ਕੰਮ ਐਨ ਇੱਕ ਠੀਕ ਸਿਸਟਮ ਦੇ ਮੁਤਾਬਕ ਚੱਲ ਰਿਹਾ। ਜਿਸ ਸਿਸਟਮ ਦੇ ਵਿੱਚ ਕਿਤੇ ਇੱਕ ਸਕਿੰਟ ਲਈ ਵੀ ਕੋਈ ਰੁਕਾਵਟ ਆ ਜਾਏ ਤਾਂ ਬਿਜਲੀ ਦੇ ਕੰਮ ਵਿੱਚ ਵਿਘਨ ਪੈ ਜਾਂਦਾ ਹੈ। ਪਰ ਇਸ ਤੋਂ ਵੀ ਉੱਚੀ ਇੱਕ ਹੋਰ ਗੱਲ ਹੈ ਕਿ ਬਿਜਲੀ ਦੇ ਕੁਝ ਖਾਸ ਨਿਯਮ ਜਾਂ ਕਾਨੂੰਨ ਨੇ ਜਿਹੜੇ ਬਿਜਲੀ ਪੈਦਾ ਕਰਦੇ ਨੇ ਤੇ ਉਸ ਦੀ ਸ਼ਕਤੀ ਤੋਂ ਅਸੀਂ ਕੰਮ ਲੈਂਦੇ ਹਾਂ। ਇਹ ਨਿਯਮ ਸਦੀਵੀ ਨੇ, ਬਿਲਕੁਲ ਪੱਕੇ ਨੇ ਤੇ ਕਦੇ ਬਦਲਣ ਵਾਲੇ ਨਹੀਂ। ਜੇ ਇਹਨਾਂ ਨਿਯਮਾਂ ਦੀ ਪੂਰੀ ਤਾਬੇਦਾਰੀ ਕੀਤੀ ਜਾਵੇ ਤਾਂ ਬਿਜਲੀ ਪੈਦਾ ਹੋਵੇਗੀ ਤੇ ਠੀਕ ਕੰਮ ਕਰਦੀ ਰਹੇਗੀ। ਪਰ ਜੇਕਰ ਜ਼ਰਾ ਜਿੰਨਾ ਵੀ ਕੋਈ ਕੰਮ ਨਿਯਮ ਦੇ ਵਿਰੁੱਧ ਹੋਵੇਗਾ ਤਾਂ ਬਿਜਲੀ ਬੰਦ ਹੋ ਜਾਏਗੀ।
ਫਿਰ ਭਾਵੇਂ ਲੱਖ ਵਾਰ ਹੱਥ ਜੋੜੋ, ਅਰਦਾਸਾਂ ਕਰੋ, ਨਿਯਮਾਂ ਦੀ ਪਾਬੰਦੀ ਤੋਂ ਬਿਨਾਂ ਬਿਜਲੀ ਕੰਮ ਨਹੀਂ ਕਰੇਗੀ। ਜਿਸ ਵੇਲੇ ਬਿਜਲੀ ਬੰਦ ਹੋ ਜਾਏਗੀ ਤਾਂ ਉਸ ਵੇਲੇ ਇੰਜੀਨੀਅਰ ਦਾ ਖਿਆਲ ਕਿਸੇ ਹੋਰ ਪਾਸੇ ਨਹੀਂ ਜਾਏਗਾ, ਬਲਕਿ ਉਹ ਇਹ ਵੇਖੇਗਾ ਕਿ ਕਿੱਥੋਂ ਕਿਹੜੇ ਨਿਯਮ ਦੀ ਉਲੰਘਣਾ ਹੋਈ ਹੈ। ਜਲਦੀ ਉਸਨੂੰ ਠੀਕ ਕਰਨ ਵਾਸਤੇ ਆਪਣੇ ਬੰਦੇ ਲਾ ਦਿੰਦਾ। ਜਦੋਂ ਤੱਕ ਇਹ ਗੱਲ ਪੱਕੀ ਨਾ ਹੋ ਜਾਏ ਕਿ ਹੁਣ ਨਿਯਮ ਕਾਨੂੰਨ ਦੇ ਮੁਤਾਬਕ, ਸਿਸਟਮ ਦੇ ਮੁਤਾਬਕ ਸਭ ਕੁਝ ਠੀਕ ਹੋ ਗਿਆ, ਫਿਰ ਬਿਜਲੀ ਚਾਲੂ ਹੋ ਜਾਏਗੀ। ਮੰਨ ਲਓ ਕਿ ਕਿਸੇ ਕਾਰਨ ਬਿਜਲੀ ਬੰਦ ਹੋ ਗਈ ਹੈ, ਸਾਰਾ ਸ਼ਹਿਰ ਹਨੇਰਾ ਹੋ ਗਿਆ, ਪੱਖੇ ਬੰਦ, ਪਾਣੀ ਬੰਦ, ਕਾਰਖਾਨੇ ਬੰਦ, ਸਾਰੇ ਸ਼ਹਿਰ ਵਿੱਚ ਤਕਲੀਫਾਂ ਤੇ ਮੁਸੀਬਤਾਂ ਆ ਗਈਆਂ ਨੇ, ਰੌਲਾ ਪੈ ਗਿਆ। ਪਰ ਸੋਚੋ ਬਈ ਇਸ ਸਾਰੀ ਮੁਸੀਬਤ ਦਾ ਜ਼ਿੰਮੇਵਾਰ ਕੌਣ ਹੈ, ਬਿਜਲੀ ਜਾਂ ਮਨੁੱਖ? ਜਿਸ ਨੇ ਬਿਜਲੀ ਦਾ ਕਾਨੂੰਨ ਤੋੜਿਆ ਜਾਂ ਕਿਸੇ ਨਿਯਮ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਜਾਂ ਕਿਤੇ ਉਲੰਘਣਾ ਹੋਈ ਹੈ। ਇਹ ਜਵਾਬ ਜ਼ਰੂਰੀ ਹੈ ਕਿ ਬਿਜਲੀ ਇਸ ਤੂਫਾਨ ਦੇ ਮੱਚਣ ਦਾ ਕਾਰਨ ਨਹੀਂ ਤੇ ਨਾ ਹੀ ਜ਼ਿੰਮੇਵਾਰ ਹੈ। ਤੂਫਾਨ ਤੇ ਬਿਜਲੀ ਦੀ ਗੈਰ ਹਾਜ਼ਰੀ ਕਰਕੇ ਆਇਆ ਤੇ ਗੈਰ ਹਾਜ਼ਰੀ ਕਿਸੇ ਨਿਯਮ ਦੇ ਟੁੱਟਣ ਨਾਲ ਪੈਦਾ ਹੋਈ ਹੈ ਤੇ ਨਿਯਮ ਤੋੜਨ ਲਈ ਜ਼ਿੰਮੇਵਾਰ ਮਨੁੱਖ ਹੈ। ਇਹ ਹਾਲ ਸਾਰੀ ਸ੍ਰਿਸ਼ਟੀ ਦਾ ਹੈ। ਉਸ ਦੇ ਨਿਯਮ ਨਾਲ ਉਸ ਦੀ ਹਰ ਸ਼ਕਤੀ ਕੰਮ ਕਰ ਰਹੀ ਹੈ। ਜਿਵੇਂ ਬਿਜਲੀ ਇੱਕ ਸ਼ਕਤੀ ਹੈ, ਇਸੇ ਤਰ੍ਹਾਂ ਮਨੁੱਖ ਦੀ ਪਾਲਣਾ ਤੇ ਰੱਖਿਆ ਵੀ ਇੱਕ ਸ਼ਕਤੀ ਕਰ ਰਹੀ ਹੈ। ਉਸ ਦੇ ਨਿਯਮ ਕਾਨੂੰਨ ਮੁਤਾਬਕ ਚੱਲਣ ਨਾਲ ਉਹ ਸ਼ਕਤੀ ਮਦਦ ਕਰਦੀ ਹੈ, ਸਾਨੂੰ ਤੰਦਰੁਸਤੀ ਦੇਵੇਗੀ, ਸਭ ਲੋੜਾਂ ਪੂਰੀਆਂ ਕਰੇਗੀ ਤੇ ਸਮੂਹ ਸੁੱਖ ਦੇਵੇਗੀ। ਪਰ ਜੇ ਉਸ ਸ਼ਕਤੀ ਦੇ ਨਿਯਮਾਂ ਅਨੁਸਾਰ ਨਾ ਚੱਲਿਆ ਜਾਏ ਤਾਂ ਅਨੇਕ ਤਰ੍ਹਾਂ ਦੀਆਂ ਮੁਸੀਬਤਾਂ ਪੈਦਾ ਹੁੰਦੀਆਂ ਰਹਿਣਗੀਆਂ। ਨਿਯਮ ਤੋੜਨ ਨੂੰ, ਭਾਵ ਕਾਨੂੰਨ ਤੋੜਨ ਨੂੰ, ਰੱਬੀ ਕਾਨੂੰਨ ਤੋੜਨ ਨੂੰ ਅਸੀਂ ਪਾਪ ਆਖਦੇ ਹਾਂ। ਹਰ ਮਨੁੱਖ ਦੇ ਪਾਪ ਉਸ ਦੀ ਆਪਣੀ ਛੋਟੀ ਦੁਨੀਆ ਵਿੱਚ ਮੁਸੀਬਤਾਂ ਖੜੀਆਂ ਕਰਦੇ ਨੇ ਤੇ ਕੌਮਾਂ ਦੇ ਪਾਪ ਮਿਲ ਕੇ ਵੱਡੀਆਂ ਵੱਡੀਆਂ ਮੁਸੀਬਤਾਂ ਪੈਦਾ ਕਰ ਦਿੰਦੀਆਂ ਨੇ, ਕਿਉਂਕਿ ਪਾਪ ਵਿੱਚ ਤਬਾਹੀ ਛੁਪੀ ਹੁੰਦੀ ਹੈ। ਇਸ ਕਰਕੇ ਬੰਬ ਵਾਂਗ ਉਹ ਪਾਪ ਆਪ ਵੀ ਤਬਾਹ ਹੋ ਜਾਂਦਾ। ਜਿਹੜਾ ਪਾਪ ਨੂੰ ਕੋਲ ਰੱਖੇ ਜਾਂ ਉਹਦੇ ਨਾਲ ਪਿਆਰ ਕਰੇ ਉਸਨੂੰ ਵੀ ਤਬਾਹ ਕਰ ਦਿੰਦਾ। ਹੁਣ ਅਸੀਂ ਇਹ ਵਿਚਾਰ ਕਰਨੀ ਹੈ ਕਿ ਇਹਨਾਂ ਮੁਸੀਬਤਾਂ ਨੂੰ ਰੋਕਣ ਦਾ ਢੰਗ ਕੀ ਹੈ। ਦੁਨਿਆਵੀ ਤਰੀਕੇ ਆਮ ਕਰਕੇ ਨੁਕਸ ਵਾਲੇ ਹੁੰਦੇ ਨੇ ਤੇ ਕਦੇ ਵੀ ਇਹ ਪੱਕਾ ਯਕੀਨ ਨਹੀਂ ਦਿਵਾਇਆ ਜਾ ਸਕਦਾ ਕਿ ਹਰ ਹਾਲ ਕਾਮਯਾਬੀ ਹੋਵੇਗੀ। ਹਾਂ, ਆਤਮ ਸਾਇੰਸ ਦਾ ਇਹ ਪੱਕਾ ਫੈਸਲਾ ਹੈ ਕਿ ਵਾਹਿਗੁਰੂ ਜੀ ਵਿੱਚ ਕੋਈ ਗਲਤੀ ਨਹੀਂ, ਇਸ ਲਈ ਪੂਰੀ ਕਾਮਯਾਬੀ ਵਾਲਾ ਉਪਾਅ ਆਤਮਿਕ ਹੀ ਹੋ ਸਕਦਾ, ਦੁਨਿਆਵੀ ਨਹੀਂ। ਇਹ ਆਤਮਿਕ ਇਲਾਜ ਕੀ ਹੈ ਤੇ ਕਿੱਥੋਂ ਮਿਲਦਾ? ਉਸ ਦਾ ਜਵਾਬ ਉਹੀ ਹੈ ਜੋ ਹਰ ਵੇਲੇ ਹੁੰਦਾ ਹੈ ਕਿ ਦੁਨੀਆਂ ਦੀਆਂ ਸਮੂਹ ਮੁਸੀਬਤਾਂ ਤੇ ਤਕਲੀਫਾਂ ਨੂੰ ਦੂਰ ਕਰਨ ਦਾ ਇਲਾਜ ਸਿਰਫ ਤੇ ਸਿਰਫ ਨਾਮ ਹੈ, ਤੇ ਨਾਮ ਹਾਸਲ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਤੇ ਸਮਝਣਾ ਤੇ ਉਹਨਾਂ ਨਿਯਮਾਂ ਤੇ ਅਮਲ ਕਰਨਾ ਹੈ। ਸ਼ੁਰੂ ਸ਼ੁਰੂ ਵਿੱਚ ਕਿਸੇ ਸਿਆਣੇ ਵਿਚਾਰਵਾਨ ਤੇ ਸਮਝਦਾਰ ਸਿਮਰਨ ਕਰਨ ਵਾਲੇ ਦੀ ਮਦਦ ਲੈਣੀ ਚੰਗੀ ਗੱਲ ਹੈ। ਮੁਸੀਬਤਾਂ ਨੂੰ ਹਟਾਉਣ ਦੇ ਪੂਰੇ ਪੂਰੇ ਇਲਾਜ ਦਾ ਇੱਕ ਨਮੂਨਾ ਆਓ ਇੱਕ ਸ਼ਬਦ ਵਿੱਚ ਵੇਖੀਏ। ਇਹ ਸ਼ਬਦ ਗੁਰੂ ਅਰਜਨ ਦੇਵ ਜੀ ਨੇ ਉਸ ਵੇਲੇ ਉਚਾਰਿਆ ਜਦੋਂ ਸੁਲਹੀ ਖਾਨ ਗੁਰੂ ਸਾਹਿਬ ਨਾਲ ਵੈਰ ਕਰਨ ਵਾਲਿਆਂ ਦਾ ਚੁੱਕਿਆ ਹੋਇਆ ਗੁਰੂ ਜੀ ਉੱਤੇ ਹਮਲਾ ਕਰਨ ਲਈ ਆ ਜਾਂਦਾ।
सिख सेवक कई तजवीजा महाराज गुरु अर्जन देव जी नूं पेश करदे ने तां कि बचा किया जा सके। पहली तजवीज यह आ कि उस नूं कोई चिट्ठी भेजिए। दूजी सलाह है कि दो बंदे भेज के फैसला कर लईए। ते तीजी सलाह है कोई होर ढंग वरतना पएगा। पर वाहिगुरु ते भरोसा रखण वाले गुरु जी फरमान करदे ने कि मैं ते सिर्फ वाहिगुरु नूं याद करदा ते मैनूं उसे दा आसरा है। इस पूरन भरोसे दा नतीजा यह होया कि सुलही खान सतगुरु जी ते हमला करन तों पहला ही हादसे विच मारिया गया ते उस दियां फौजां नस गईयां। शब्द यह आसा महला पंजवां। प्रथमे मता जे पत्री चलावाओ, द्वितीय मता दोए मनुख पहुंचावाओ, तृतीय मता किच करो उपाया, मैं सब किछ छोड़ प्रभु तू ही त्याया। महा आनंद अचिंत सहजाया, दुश्मन दूत मुए सुख पाया रहाओ। सतगुरु मोका दिया उपदेश, जियो पिंड सब हर का देश, जो किच करी सो तेरा तान, तू मेरी ओट तू है दीबान, तुदनो छोड़ जाइए प्रभ कै धार, आन न बिया तेरी समसर, तेरे सेवक को किसकी कान, साकत भूला फिरे बेबान, तेरी वड्याई कही न जाए, जै कह राख लह गल लाए, नानक दास तेरी शरणाई, प्रभ राखी पैज वजी वाधाई। इस शब्द विच पहला तीन मते दस के फिर नियम का जिक्र किया की नियम पढ़े गए ने, की नियम वरते गए ने, जरा ध्यान नाल समझण दी लोड़ है। बार बार पढ़ो इस शब्द नूं तां कि एक एक नियम की पूरी समझ आ जाए। जदों कदे कोई तकलीफ आवे तां इन्हां नियमां नाल ठीक करो। जे तकलीफ ना हटे तां घबराउण दी लोड़ नहीं। समझ लो कि हालां नियम की पूरी तरह पालना नहीं होई। बार बार नियम नूं पढ़ो, फिर वरतो, फिर पढ़ो, जदों तक के तकलीफ ना हट जाए। ये ख्याल दिलों कढ दिओ कि ये किते नियम जां कानून गलत होवेगा। इन्हां नियमां विच दस्या कि अकाल पुरख वाहिगुरु उत्ते भरोसा है। भरोसा इन्ना जबरदस्त है कि होर किसे आसरे वल महाराज वेखदे ही नहीं। सारी शक्ति वाहिगुरु जी विच है, होर कोई शक्ति उस तों इलावा काम कर ही नहीं रही। अदालत भी उसकी है, माया बिल्कुल गैर हाजर है। फिर वाहिगुरु का प्रेम ही प्रेम बयान किया है, अखीर शुक्र किया ते खुशी मनाई है कि इस नियम दे पूरा हुंदिया सार वाहिगुरु जी ने हर तरह आप रख्या कर ली है।